ਅਸੀਂ ਬਿਲਕੁਲ ਉਹਨਾਂ ਦੀ ਹਮਾਇਤ ਕਰਦੇ ਹਾਂ ਜੀ। ਜੇ ਸਾਨੂੰ ਉੱਥੇ ਜਾਣਾ ਪਿਆ ਤਾਂ ਆਪਾਂ ਸਾਰੇ ਮੁਲਾਜ਼ਮ ਜਥੇਬੰਦੀਆਂ ਉੱਥੇ ਵੱਧ ਚੜ੍ਹ ਕੇ ਹਿੱਸਾ ਲਵਾਂਗੇ ਔਰ ਪੂਰਨ ਤੌਰ 'ਤੇ ਹਮਾਇਤ ਕਰਦੇ ਹਾਂ ਕਿ ਜਿਹੜੇ ਕਾਲੇ ਕਾਨੂੰਨ ਨੇ ਇਹ ਬਿਲਕੁਲ ਵਾਪਸ ਹੋਣੇ ਚਾਹੀਦੇ ਨੇ। ਅੱਜ ਅਸੀਂ ਸਾਰੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਹੈ, ਸਾਰੇ ਡਾਕਟਰ ਸਾਹਿਬਾਨ, ਸਟਾਫ ਨਰਸਾਂ, ਫਾਰਮਾਸਿਸਟ, ਸਾਰਾ ਕਲੈਰੀਕਲ ਸਟਾਫ, ਸਾਰਿਆਂ ਨੇ ਅਸੀਂ ਰੋਜ਼ ਸਾਰਾ ਮੁਜ਼ਾਹਰਾ ਕੀਤਾ ਕਿ ਜੇ ਅਸੀਂ ਉੱਥੇ ਅੱਜ ਬੇਸ਼ੱਕ ਨਹੀਂ ਜਾ ਸਕੇ ਪਰ ਜੇ ਲੋੜ ਪਈ ਤਾਂ ਅਸੀਂ ਹਸਪਤਾਲ ਬੰਦ ਕਰਕੇ ਉਹਨਾਂ ਦੇ ਮੁਜ਼ਾਹਰੇ ਵਿੱਚ ਹਿੱਸਾ ਵੀ ਜਾ ਕੇ ਲਵਾਂਗੇ ਅਤੇ ਵੱਧ ਚੜ੍ਹ ਕੇ ਯੋਗਦਾਨ ਦੇਵਾਂਗੇ। ਕੱਲ੍ਹ ਸਾਰਾ ਕਾਰੋਬਾਰ ਬੰਦ ਰੱਖਿਆ ਜਾਏਗਾ ਜੀ? ਬਿਲਕੁਲ ਬਿਲਕੁਲ। ਅਤੇ ਅੱਜ ਸਾਡੇ ਸਾਰੇ ਹੀ ਹੌਸਪੀਟਲ ਦੀਆਂ ਵੱਖ ਵੱਖ ਕੈਟਾਗਰੀਆਂ ਦੇ ਨੁਮਾਇੰਦੇ ਪਲੱਸ ਹੌਸਪੀਟਲ ਦੇ ਸਾਰੇ ਹੀ ਅਧਿਕਾਰੀ ਕਰਮਚਾਰੀਆਂ ਨੇ ਇਸ ਸਮਰਥਨ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਜਿਵੇਂ ਕਿਸਾਨ ਵੀਰਾਂ ਵੱਲੋਂ ਕੱਲ੍ਹ 8 ਤਰੀਕ ਬੰਦ ਦਾ ਸੱਦਾ ਦਿੱਤਾ ਗਿਆ, ਅਸੀਂ ਉਹਦੀ ਪੂਰਨ ਹਮਾਇਤ ਕਰਦੇ ਹਾਂ। ਅਸੀਂ ਉਹਨਾਂ ਨੂੰ ਜਿਵੇਂ ਵੀ ਉਹ ਕਹਿਣਗੇ ਟਰਾਂਸਪੋਰਟੇਸ਼ਨ 'ਚ ਜਾਂ ਜਿਵੇਂ ਵੀ, ਅਸੀਂ ਉਹਨਾਂ ਦੀ ਹਰੇਕ ਤਰ੍ਹਾਂ ਹੈਲਪ ਕਰਨ ਲਈ ਤਿਆਰ ਹਾਂ। ਅਸੀਂ ਉਹਨਾਂ ਦੀ ਪੂਰੀ ਹਮਾਇਤ ਕਰਦੇ ਹਾਂ। ਅਸੀਂ ਵੀ ਜ਼ਰੂਰ ਉਹਨਾਂ ਦੀ ਹਰ ਪੱਖੋਂ, ਜੇ ਸਾਨੂੰ ਕੋਈ ਰਾਸ਼ਨ ਪਾਣੀ ਦੀ ਕੋਈ ਫਾਈਨੈਂਸ਼ੀਅਲ ਵੀ ਜ਼ਰੂਰਤ ਪੈਂਦੀ ਆ ਤਾਂ ਅਸੀਂ ਉਹਨਾਂ ਦੇ ਨਾਲ ਹਾਂ, ਅਸੀਂ ਉਹਨਾਂ ਦੀ ਹੈਲਪ ਕਰਾਂਗੇ। ਬੰਦ ਕਰਾਂਗੇ ਜੀ, ਅਸੀਂ ਉਹਨਾਂ ਦੇ ਸਮਰਥਨ ਵਿੱਚ ਬੰਦ ਕਰਾਂਗੇ। ਅੱਜ ਵੀ ਅਸੀਂ ਉਹਨਾਂ ਦੇ ਸਮਰਥਨ ਵਿੱਚ ਹੌਸਪੀਟਲ ਦੇ ਸਾਰੇ ਹੀ ਅਧਿਕਾਰੀ ਕਰਮਚਾਰੀਆਂ ਨੇ 10 ਮਿੰਟ ਦਾ ਸਮਾਂ ਕੱਢ ਕੇ ਉਹਨਾਂ ਨੂੰ ਸਮਰਥਨ ਦਿੱਤਾ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।